ਹਾਂਜੀ, ਕੀ ਹਾਲ ਆ ਸਾਰੇ ਵੀਰਾਂ ਦਾ? ਹੋਰ ਕੀ ਬਣਦਾ ਕਰਦਾ ਮੇਰੇ ਵੀਰੋ? ਲਓ ਬਾਬੇ, ਅੱਜ ਇੱਕ ਹੋਰ ਮਾੜੀ ਖਬਰ ਬਈ। ਠੀਕ ਹੈ, ਇੱਕ ਕਬੂਤਰੀ ਹੋਰ ਮਰ ਗਈ ਯਾਰ ਆਪਣੀ। ਮਤਲਬ ਚਲੋ, ਇਹ ਤਾਂ ਵਿਚਾਰੀ ਪਹਿਲਾਂ ਵੀ ਮਰਿਆਂ 'ਚ ਹੀ ਸੀ, ਹੈ ਨਾ, ਪਹਿਲਾਂ ਵੀ ਮਸਾਂ ਹੀ ਬਚਾਈ ਸੀਗੀ ਇਹ। ਅਤੇ ਪਰ ਉਹਦੇ ਅੱਖ ਨੂੰ ਹੈ ਨਾ ਯਾਰ, ਵੀ ਜਿਹਦਾ ਜਿੰਨੀ ਕੁ ਟਾਈਮ ਹੈਗੀ ਹੈ ਉਹ ਉੱਨੀ ਕੁ ਟਾਈਮ ਹੀ ਕੱਢਦਾ ਹੁੰਦਾ ਬਈ ਕਿ ਨਹੀਂ। ਵੈਸੇ ਤਾਂ ਤੁਹਾਨੂੰ ਹੀ ਪਤਾ, ਲੱਕ ਵੇ ਅਤੇ ਦਰਾਂਕ ਵਾਲੇ ਕਬੂਤਰ ਬਚਦੇ ਨਹੀਂ ਹੁੰਦੇ, ਹੈ ਨਾ। ਪਰ ਇਹਨੂੰ ਬਹੁਤ ਟਾਈਮ ਹੋ ਗਿਆ ਸੀ, ਆਪਾਂ ਬਚਾ ਲਿਆ ਸੀ, ਦਵਾਈਆਂ ਦੇ ਦੂ ਕੇ, ਹੈ ਨਾ। ਅਤੇ ਅੱਜ ਜਾ ਮਰੀ ਪਈ ਇਹ, ਇੱਧਰਲੇ ਖੁੱਡੇ ਸੀ, ਛੋਟੇ ਖੁੱਡੇ 'ਚ, ਤੁਹਾਨੂੰ ਪਤਾ ਹੀ ਹੋਣਾ। ਅਤੇ ਇੱਕ ਮਿੰਟ, ਬਾਕੀ ਯਾਰ ਸਮਝ ਨਹੀਂ ਆ ਰਹੀ ਵੀ ਇੱਧਰੋਂ ਕਬੂਤਰ ਮਰੀ ਕਿਵੇਂ ਜਾਂਦੇ ਯਾਰ ਆ ਖੁੱਡੇ 'ਚ ਯਾਰ। ਮੈਨੂੰ ਤਾਂ ਭੇਤ ਨਹੀਂ ਆ ਰਿਹਾ ਯਾਰ, ਹੈ ਨਾ, ਵੀ ਚੱਕਰ ਆਇਆ ਵੀ ਖੁੱਡਾ ਵੀ ਵਧੀਆ, ਇਹੋ ਜਿਹੀ ਕੋਈ ਗੱਲ ਨਹੀਂ, ਵੀ ਖੁੱਡਾ ਵੀ ਸਾਫ਼ ਹੈ, ਦੇਖੋ ਵਧੀਆ, ਹੈ ਨਾ, ਸਾਫ਼ ਕਰਕੇ ਖੁੱਡਾ ਦੇਖੋ। ਅਤੇ ਜਾਲੀ ਜੂਲੀ ਵੀ ਪੂਰੀ ਵੱਡੀ ਲੱਗੀ, ਉਹ ਦੇਖੋ ਪਰਲੇ ਪਾਸੇ, ਹੈ ਨਾ, ਹਵਾ ਹੋਵੇ ਵੀ ਪੂਰੀ ਕਰੋਸ ਹੁੰਦੀ ਹੈਗੀ। ਅਤੇ ਆਹ ਦੇਖੋ ਡਰਾਈ ਆ ਖੁੱਡਾ ਵੀ। ਪਰ ਇੱਕ ਗੱਲ ਹੋਰ ਹੈ, ਮਰੇ ਸਾਰੇ ਦਰਾਂਗ ਵਾਲੇ ਜੀ ਇੱਧਰਲੇ ਖੁੱਡੇ 'ਚ, ਕਿਉਂ ਸੀ ਇੱਧਰ ਜ਼ਿਆਦਾ ਦਰਾਂਗ ਦੇ ਲਗਵੇ ਵਾਲੇ ਕਬੂਤਰ ਆਪਣੇ, ਉਹੋ ਹੀ ਮਰਿਆ, ਹੋਰ ਸਾਰੇ ਕਬੂਤਰ ਸੈੱਟ ਫਿਰਦੇ ਵਧੀਆ ਜਿੰਨੇ ਵੀ ਸੀਗੇ। ਬਾਕੀ ਇੱਧਰ ਠੱਲ ਪਾਈ ਸੀਗੀ ਯਾਰ ਆਪਣੀ, ਮੇਨ ਕਬੂਤਰਾਂ 'ਚ ਸੀਗੀ ਬਈ ਕਬੂਤਰੀ ਆਪਣੀ, ਹੈ ਨਾ, 31 ਨੰਬਰ ਠੱਲ ਪਾਈ ਸੀ ਆਪਣੀ। ਆਹ ਦੇਖੋ, ਇਹ ਵੱਡੇ ਸ਼ਾਹ ਖੇ ਦੀ ਪੱਠੇ ਦੀ ਪੱਠੀ ਸੀਗਾ ਹੈ ਇਹ, ਠੀਕ ਹੈ। ਅਤੇ ਗਾਂ ਇਹਦਾ ਪੱਠਾ ਸੀਗਾ ਜਿਹੜਾ ਪਿਓਰੀ ਵਾਲ ਨੂੰ ਦਿੱਤਾ ਸੀ ਆਪਾਂ ਡੱਬਾ, ਜਿਹੜਾ ਮਣੀਆਂ ਵਾਲੇ ਬਾਜੀ ਛੱਡਿਆ ਸੀ ਉਹ ਦਿਨ, ਚਿੱਟੀਆਂ ਵਾਲਾ ਜਿੱਤ ਗਿਆ ਸੀ, ਇਹਦੇ ਵਾਲਾ ਪੱਠਾ ਭੱਜ ਗਿਆ ਸੀਗਾ। ਅਤੇ 6 ਵਜੇ ਤੱਕ ਤਾਂ ਉੱਡਿਆ ਫਿਰਦਾ ਸੀ, ਹੈ ਨਾ ਬਈ। ਉਦੋਂ ਬਾਅਦ ਉਹ ਗਾਂ ਪਿੰਡ ਹੋਰ ਟੱਪ ਟੁੱਪ ਗਏ, ਠੀਕ ਹੈ। ਅਤੇ ਉਦੋਂ ਬਾਅਦ ਸਾਨੂੰ ਇੱਥੇ ਆਇਆ ਸੋਹਣੀ, ਕਿੱਧਰ ਗਿਆ ਸੀ, ਬਾਕੀ ਪਿੱਛਾ ਕਰਨਾ ਛੱਡਤਾ ਸੀਗਾ, ਉਹ ਇਹਦਾ ਪੱਠਾ ਸੀਗਾ ਡੱਬਾ, ਆਹ ਕੂਦਰੀ ਦਾ ਆਪਣੀ ਦਾ। ਅਤੇ ਇਹਦੇ ਨਾਲ ਲੜਦਾ ਕਬੂਤਰ ਅੰਦਰ ਬੈਠਾ ਹੈਗਾ, ਜਿਹੜੇ ਦੇ ਨਾਲ ਲੱਗਿਆ ਹੈਗਾ, ਉਹ ਪਿਓ 'ਤੇ ਗਿਆ ਸੀਗਾ ਉਹ। ਅਤੇ ਉਹ ਇੱਕ ਮਿੰਟ, ਕਬੂਤਰ ਵੀ ਦਿਖਾ ਦਿੰਦਾ ਤੁਹਾਨੂੰ ਮੈਂ। ਹਾਂ ਦੇਖੋ, ਖੁੱਡਾ ਵੀ ਵਧੀਆ, ਹੈ ਨਾ, ਉਹ ਦੇਖੋ ਉਹਨੂੰ ਵੀ ਦਰੰਗ ਹੈ, ਇਹ ਦੋਵਾਂ ਨੂੰ ਦਰੰਗ ਸੀਗੀ ਜੋੜੀ ਨੂੰ, ਆਹ ਫਿਰਦਾ, ਆਹ ਕਬੂਤਰਾਂ ਲੱਗੀ ਸੀ ਕਬੂਤਰੀ। ਅਤੇ ਉਹ ਵੀ ਇਹਦੇ ਅਰਗੇ ਸੀਗਾ ਜਿਹੜਾ ਬਾਈ ਛੱਡਿਆ ਸੀ ਨਾ, ਉਹ ਦੇਖ ਲਓ ਭਾਵੇਂ ਤੁਸੀਂ ਸੁਖਵੀਰ ਦੇ ਚੈਨਲ 'ਤੇ ਆਪਾਂ ਵੀਡੀਓ ਪਾ ਰੱਖੀ ਹੈਗੀ, ਬਾਕੀ ਪਤਾ ਆਪਣੇ ਚੈਨਲ 'ਤੇ ਵੀ ਹੋਵੇ, ਹੈ ਨਾ। ਐਂ ਸੀ ਜਮਾਂ ਕਾਪੀ ਸੀ ਪਿਓ ਦੀ, ਉਹ ਪਿਓ ਸੀਗਾ ਉਹਦਾ। ਅਤੇ ਇਹ ਮਾਂ ਸੀਗੀ ਬਈ, ਠੀਕ ਹੈ, ਵਿਚਾਰੀ ਸ਼ਾਖੀ। ਅਤੇ ਵੱਧ ਮੇਨ ਆਹ ਕਬੂਤਰੀ ਦੇ ਬਲੱਡ ਕਰਕੇ ਉੱਡਦਾ ਸੀਗਾ ਉਹ, ਹੈ ਨਾ। ਪਿਓ ਤਾਂ ਠੀਕ ਠਾਕ ਹੀ ਆ, ਟਾਈਮ ਪਾਸ ਵਾਲਾ ਹੀ ਆ। ਅਤੇ ਇੱਕ ਇਹ ਸੀ ਦਰੰਗ ਵਾਲੀ, ਇੱਧਰਲੇ ਖੁੱਡੇ 'ਚ ਇੱਕ ਹੋ ਬੈਠਾ, ਇਹ ਤੋਂ ਪਹਿਲਾਂ 2-3 ਹੋਰ ਸੀ ਉਹ ਮਰ ਗਏ, ਹੈ ਨਾ। ਵੀ ਯਾਰ ਲਗਭਗ ਆਪਾਂ ਦਾ ਪੂਰਾ ਜ਼ੋਰ ਲਾਇਆ, ਹੈ ਨਾ, ਬਈ ਇਹ ਪਿਛਲੇ ਤੋਂ ਪਿਛਲੇ ਸਾਲ ਦੀ ਦਰੰਗ ਪਈ ਸੀ ਉਹਨੂੰ, ਫਿਰ ਵੀ ਆਪਾਂ ਤਾਂ ਸੈੱਟ ਕਰ ਲਈ ਸੀ ਕਬੂਤਰੀ, ਹੈ ਨਾ, ਨਹੀਂ ਤਾਂ ਮਰ ਜਾਂਦੇ ਹੁੰਦੇ ਦਵਾਈ ਦਵੂਈ ਦੇ ਕੇ। ਆਪਾਂ ਤਾਂ ਯਾਰ ਜਿੰਨੀ ਵਾਹ ਲੱਗਦੀ ਆਪਾਂ ਲਾ ਦਿੰਦੇ ਹੁੰਦੇ ਹਾਂ ਕਬੂਤਰ ਸੈੱਟ ਕਰਨ 'ਤੇ। ਅਤੇ ਹੁਣ ਵੀ ਯਾਰ ਬਾਬੇ, ਮੈਂ ਦਵਾਈ ਦਵੂਈ ਤਾਂ ਦਿੱਤੀ ਸੀ ਇਹਨੂੰ, ਠੀਕ ਹੈ, ਸੁੱਕੀ ਜਾਂਦੀ ਸੀ ਹੌਲੀ ਹੌਲੀ ਥੱਲੋਂ। ਆਹ ਦੇਖੋ ਜਮਾਂ ਹੱਡੀ ਜਮਾਂ ਹੀ ਸੁੱਕ ਗਈ ਯਾਰ ਵਿਚਾਰੀ। ਅਤੇ ਦਾਣੇ ਦੂਣੇ ਖਾਣੋਂ ਹਟ ਗਈ, ਪਤਾ ਨਹੀਂ ਕੀ ਚੱਕਰ ਹੈ ਯਾਰ। ਬਾਕੀ ਇਹੋ ਜਿਹੀ ਕੋਈ ਗੱਲ ਨਹੀਂ, ਖੁੱਡਾ ਵੀ ਵੇਖੋ ਯਾਰ ਵਧੀਆ, ਥੋੜ੍ਹੇ ਜਿਹੇ ਕਬੂਤਰ ਖੁੱਡੇ ਦਾ ਨਾਲੇ, ਹੈ ਨਾ, ਖੁੱਡਾ ਵੀ ਸਾਫ਼ ਪੈ ਗਿਆ, ਇਹੋ ਜਿਹੀ ਵੀ ਕੋਈ ਗੱਲ ਨਹੀਂ, ਖੁੱਡੇ 'ਚ ਗੰਦ ਵੱਜਿਆ ਪਿਆ ਹੋਵੇ। ਜਾਲੀ ਤਾਂ ਬਹੁਤ ਜ਼ਿਆਦਾ ਵੱਡੀ ਆ, ਦੇਖੋ ਹਵਾ ਹਵਾ ਪੈਣ ਨੂੰ ਵਿੱਚ, ਹੈ ਨਾ। ਮੈਂ ਕਿਹਾ ਵਧੀਆ ਹੈ ਕੰਮ, ਅਤੇ ਪਤਾ ਹੀ ਨਹੀਂ ਕਿਵੇਂ ਮਰ ਮੁਰ ਗਏ ਯਾਰ। ਆਹਦੇ ਕਬੂਤਰ ਵਧੀਆ ਸੈੱਟ ਫਿਰਦੇ, ਓਕੇ ਆ, ਸਾਰੇ ਘੋੜੇ ਵਰਗੇ ਪਏ ਕਬੂਤਰ ਜਿੰਨੇ ਵੀ ਹੈ, ਪਰ ਮਰੇ ਬਿਮਾਰੀ ਵਾਲੇ ਆ ਬਈ ਜਿੰਨੇ ਮਰੇ ਆ। ਕੋਈ ਉਹੋ ਜਿਹੀ ਗੱਲ ਨਹੀਂ ਵੀ ਕੋਈ, ਹੈ ਨਾ, ਵੀ ਕੋਈ ਸੈੱਟ ਕਬੂਤਰ ਮਰਿਆ ਹੋਵੇ, ਮਰੇ ਸਾਰੇ ਉਹੀ ਜਿਨ੍ਹਾਂ ਨੂੰ ਦਰੰਗ ਸੀਗੀ ਯਾਰ ਲਗਵਾ ਸੀਗਾ, ਠੀਕ। ਕਬੂਤਰੀ ਬਹੁਤ ਚੰਗੀ ਸੀ ਬਾਕੀ ਯਾਰ ਆਪਣੇ ਵੱਡੇ ਸ਼ਾਹ ਅੱਖਾਂ 'ਚੋਂ ਸੀਗੀ, ਹੈ ਨਾ। ਅਤੇ ਇਹਦਾ ਭਰਾ ਦਾ ਭੱਜ ਗਿਆ ਸੀ ਘਰੋਂ, ਇਹ 5 ਸੀਗੇ, ਦੋਵਾਂ ਨੂੰ ਦਰੰਗ ਹੋ ਗਈ ਸੀਗੀ, ਇਹ ਵੀ ਮਰ ਗਈ, ਉਹ ਵੀ ਮਰ ਗਿਆ, ਇੱਕ ਘਰੋਂ ਭੱਜ ਗਿਆ, 3 ਗਏ, ਪਿੱਛੇ ਰਹਿ ਗਏ 2 ਇਹਨਾਂ ਨਾਲ ਦੇ। ਉਹਨਾਂ 'ਚੋਂ ਵੀ ਇੱਕ ਨੂੰ ਦਰੰਗ ਹੈ, ਉਹ ਉੱਧਰਲੇ ਵੱਡੇ ਖੁੱਡੇ 'ਚ ਬੈਠਾ, ਸਹੀ ਹੈਗਾ ਇਹਦਾ ਭਰਾ, ਠੀਕ ਹੈ। ਇੱਕ ਕਬੂਤਰੀ ਉੱਧਰਲੇ ਖੁੱਡੇ 'ਚ ਬੈਠੀ, ਉਹ ਵੀ ਜਮਾਂ ਸਹੀ ਹੈਗੀ। ਅਤੇ ਇਹ ਵਿਚਾਰੀ ਮਰ ਗਈ ਯਾਰ ਇੱਧਰੋਂ। ਵੈਸੇ ਤਾਂ ਜੋੜੀ ਬਣੀ ਬਣਾਈ ਸੀ, ਹੈ ਨਾ, ਕਿਉਂ ਬਹੁਤ ਸੋਹਣਾ ਉੱਡੇ ਸੀ ਉਦਨ ਬਾਜੀ 'ਤੇ ਮਣੀਆਂ ਵਾਲੇ, ਇੱਕ ਜਿੱਤ ਗਿਆ ਸੀਗਾ ਅਤੇ ਇਹਦੇ ਇਹਨਾਂ ਵਾਲਾ ਭੱਜ ਗਿਆ ਸੀਗਾ ਪੱਠਾ ਉਹ ਸੀਗਾ ਜਿਹੜਾ, ਉਹ ਵੀ ਲਗਭਗ 6 ਵਜੇ ਤੱਕ ਫਿਰਦਾ ਸੀ, 6 ਵਜੇ ਭੱਜ ਭੁੱਜ ਗਏ, ਉਦੋਂ ਬਾਅਦ ਸੀ ਕਿਹਾ ਚੱਲ ਜਾਣ ਦੇ ਇੱਧਰ ਜਾਂਦਾ, ਹੈ ਨਾ, ਕੀ ਲੈਣਾ ਹੈਗਾ। ਅਤੇ ਚਲੋ ਕੰਮ ਹੀ ਨਿਬੜ ਗਿਆ ਹੁਣ ਤਾਂ ਜੋੜੀ ਦਾ, ਹੈ ਨਾ, ਕੋਈ ਚੱਕਰ ਵਾਲੀ ਗੱਲ ਨਹੀਂ। ਚਲੋ ਆਪਾਂ ਨੂੰ ਐਂ ਨਹੀਂ ਕਹਿੰਦੇ ਵੀ ਨੁਕਸਾਨ ਹੋ ਗਿਆ, ਹੈ ਨਾ, ਵੀ ਚੰਗੇ ਬੱਚੇ ਕੱਢਦੀ ਸੀ ਉਹ, ਕੋਈ ਬੱਚਿਆਂ ਬੁੱਚਿਆਂ ਦਾ ਤਾਂ ਕੋਈ ਚੱਕਰ ਨਹੀਂ, ਮੇਨ ਤਾਂ ਕਬੂਤਰੀ ਦਾ, ਹੈ ਨਾ, ਵੀ ਮਤਲਬ ਵੀ ਯਾਰ ਇਹ ਤਾਂ ਸਾਨੂੰ ਹੋਰ ਦੱਸ ਦੇਣਾ ਵੀ ਉਨਾ ਵੀ ਮਤਲਬ ਦੁੱਖ ਜ਼ਰੂਰ ਹੈ, ਕਬੂਤਰੀ ਮਰ ਗਈ, ਪਰ ਇਹਨੇ ਮਰਨਾ ਹੀ ਸੀ ਵੈਸੇ ਵੀ, ਕਿਉਂ ਲਗਵੇ ਵਾਲੀ ਕਬੂਤਰੀ ਸੀਗੀ, ਬਹੁਤ ਟਾਈਮ ਕੱਟ ਗਈ ਯਾਰ, ਲਗਵੇ ਵਾਲੇ ਕਬੂਤਰ ਵੀ ਬਾਹਰ ਟਾਈਮ ਕੱਟਦੇ ਨਹੀਂ ਹੁੰਦੇ ਹੈਗੇ, ਠੀਕ ਹੈ। ਉਹ ਦੇਖੋ ਹੁਣ ਵੀ ਲਗਵਾ ਕਬੂਤਰ ਨੂੰ, ਤੁਹਾਨੂੰ ਟੇਢੀ ਕਰੀ ਫਿਰਦਾ ਹੋ ਰਿਹਾ ਸਾਹਮਣੇ, ਕਦੇ ਕਦੇ ਸਿੱਧੀ ਕਰ ਲੈਂਦਾ, ਕਦੇ ਕਦੇ ਜਮਾਂ ਟੇਢੀ ਕਰ ਲੈਂਦਾ। ਇੱਕ ਬੱਚਾ ਕੱਢਿਆ ਸੀ ਇਹਨਾਂ ਨੇ ਬਸ ਉਦੋਂ ਦਾ, ਔਖੇ ਸੌਖਿਆਂ ਨੇ, ਅਤੇ ਉਹ ਉਹੀ ਬਾਈ ਛੱਡਤਾ ਸੀਗਾ। ਉਹ ਦੇਖੋ ਟੇਢੀ ਕਰਦਾ ਤੂੰ ਹੁਣ, ਹੋ ਰਿਹਾ ਹੋ ਰਿਹਾ।
पर दाने खा लेता इनू पता नहीं की हो गया किवें दाने दुने खाने हट गए बेचारी। चलो कूदरी बहुत चंगी सी यार अपने है ना शाह अखियां की सी वे शाह अखे दे पट्ठे की पट्ठी सी गां है अपने ठल भी पा रखे देखो है ना बहुत उड़ती रही छोटी होंगी दूजी जिहड़ा ही दिन छपाता से इन्हें भी तो ये भरा ने भी ये भरा दे बाज मार गया सी वह भी सैट कर लिया वह भैंने का जोड़ा एर किस्मत ना हो ना बहरी मार गए तो भरा पट्ट पड़ गई पता नहीं यदा पड़ सके भरा का पड़िया सगा तो जो गर्मियों क्ढा उदो भज गए ना लड़े पिंड बादल जावड़े सूँ बाद पता लगे है ना लैन लून भी नहीं गए अच्छे तो पता नहीं यदा पट्ट पड़िया ये बेचारी हूँ मर गई है ना इनू लगवा हो गया मतलब लागे वाले कूतर बहुत बचाले बाबे मैं सूँ खुडे च विखावा ना अपने को खुडा च भी लागे वाले कूतर बैठे तीन इधर बैठे हो गए तीन चार उधर बैठे हो गए दो आगे मतलब बहुत कूतर मैं सीधे कर ले सके दवाई जिनी हो सके उन्नी दवाई देती सी लगवे वास्ते न्यूरोबाइन फोर्ट तो पता नहीं जी फी 100 तो ईवियोन के पता नहीं ईवियोन के कैपसूल मच्छी के तेल वाले हो दूजा ओमेगा 3 है ना वो फैटी एसिड वाले वो कैपसूल पता ही नहीं यार केड़ी केड़ी दवाई लसन सच लसन बहुत कुछ दिता रहा बाबा मैं इन्हों पता नहीं किन्ने किन्ने की लाते सी तां भी पर मेहनत पल्ले पै गए कूतर काफ़ी बच गए अद्धे मर गए अद्धे बचाले सी मैं तो बाकी जोड़े सही कूतर से मैं पासे छड़े से सारे अपने फिर उस बाद दो महीने बाद कूतर घर लिया सारे खुडे वेले करते सी मैं है ना चलो ठीक है बेचारे की जिनी सी है ना तो उन्नी कट ली है ना लगवे वाली कूतरी से वो जी कोई गल नहीं गी भी आप कह लगे है ना चंगे भले कूतर मरी जाते हैं लगवे वाले कूतर ही मरी जाते जिन्होंने लगवा से हूँ समझ नहीं आती यार भी पहला तो वधिया सी है ना कोई मौसम का चक्कर हो गया या कोई एज ही नहीं सी इन्हां दी बाकी यार खुडे की ठीक है साफ सफाई तो यार है इन्ने कोई बाय तो नहीं भी खुडे च गंद वज्जा पिया पानी भी वधिया साफ पाउणा इन्हां नूं ठीक है बाकी रैला खुडा पिया थोड़े जे कूतर इहदे च तां कोई बाले कूतर भी है नहीं गे जां अक्सर यार कूतरां कातरां नाल इन्हां कुट कुट है ना करता होवे काम बाकी एडा चलो कोई ना छड्डो नप दिंदे बेचारे नूं चल के तो बाकी जे तुसीं कह रहे हो तां सानूं दिखा भी दिंदा लगवे वाले कूतर है ना नाले इहदा भरा भी दिखा दिंदा सानूं किहड़ा है ये शाह अखे निकले सी तीन दो थोड़े जे होर लाल जीने जी कढ़े सी है ना एक मिनट मैं हाथ धोला फिर दिखाउणा सानू ते नाले इहनू भी दवाई दित्ती जिहड़ी उह भी दिखा दिंदा है ना बाकी उह चिट्टक वाला कबूतर भी सांभीए ने अज्ज आपां कल नू उहनू भी बाई छड्डना हैगा उह बैठा सामने इहदी वीडियो पता नहीं सानू इहदू पहले ही देखण नू मिल जाए आई नहीं पता इहदू बाद देखण नू मिल जाए है ना कच्छ कांत वाला ते जिन्ना हो सके उन्ना ही गलत समी आंदा बई इह है ना मैं कहना भी 6 तरीक दे गेड़े पाए सी 11 नू छड्डांगे तड़के बदाम भी हत्थी दित्ते धक्का चली जांदा पूरा उहदे नाल भी चलो कोई ना पकड़ फिर डंडा लेके डाउना जो बैठना बह जाइए है ना यह कोई गल नहीं एक मिनट मैं भरा दिखा माड़े हाथ धोना मैं खड़ जो दिखाइए तह बैठना फट्टी तो होर है सामने इनू भी लग पाए देखो चलो करते लक्षण आ रहा इनू भी लग पाया देखो कर देना धौन टेडी देखो पर पक्के ओनू भी लगवाओ देखो बैठा वे कूतर का पट्ठा आ बैठा इतने कूर होना आ फिर वे कूतर का पट्ठा इनू भी लगवा काफ़ी यार लगवे वाले है ना पर आए भी पक्या लगवा वह कोई चक्कर वाली गल नहीं है ना इनू भी पक्या पता नहीं किमें मर गया समझो बार है गल हम देखो भी तो हम टिड्डी करता पर दाने दुने खा लेंगे अपन कोई मतलब नहीं है ना भी बच्चे बुच्चे कढ़ाने चक्कर चलो अपन तो यार जानवर सैट होना चाहिए अपना कोई दिक्कत वाली गल नहीं चलो यार बेचारे नप के इनू चल गए यार खुडे च पई सी ओदा करके हो गया आ जाओ यार एक मिनट चलो गुड बाय है ना इन्ना ही साथ सीगा अखंड अपना कि नहीं फिर भी वो अखन आप बचा ही लेने होंने लोग तो की करते होंगे जो किसी कूतर लकवा हो जाए फड़ा देंगे टपा देंगे सिट्ट आते ना बई जिन्ना टाइम रहन गए अपने कोल ही रहन गए जे इत्थे निकले है ना इत्थे ही मरन गए अपने को आपदे वालों पूरी वाह लाई सी फिर भी 2 साल कट गई यार बहुत है बेचारी लगवे तो बाद भी है ना चल बाय बाय खंड भाई ना की चीज़ फिरती है गड़ोआ जाए तो जान दिया कोई गल नहीं चलो भाई पहला जी 2 बाजियां जीती से इतने नप्पी से 2 बाजियां जीती है 2 बाजियां छड़ी से खट्टा वाली है ना उन्होंने भी लगवाई से वह भी मर गई सी लगवे इधर नपती सी आप चलो कोई ना बी कर दिना सैट मैं इनू भी इधर भी दिखाना सू देखना चाहते हो तेरी भैन
लाल चीनी जी होगी थोड़ी जी बैठी सामने लगवे वाले इधर भी दुकान सुन फिर हो ठीक है पक्का है रंग पक्की है चलो कोई ना भाई ठीक है बस बेचारी की जिनी कट ली अपने को मन का सही कबूतर नहीं सी लगवे वाला बीमारी वाली कबूतरी से ना भाई ये आप फिर भी बहुत चिर ट्रीटमेंट किया बेचारी का बहुत चिर इलाज किया है ना जिन्ना हो सकया सी हुण जदों बसों बाहर हुई गल हुण की कर सकदे आपां चलो ठीक है भाई है ना बाय बाय सारे जनां नूं।